ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਗਤੀਵਿਧੀ ਲੈ ਕੇ ਆਇਆ ਹਾਂ, ਜਿਸ ਵਿੱਚ ਅਸੀਂ ਬੱਚਿਆਂ ਤੋਂ ਕਲੇ ਨਾਲ ਡਾਕਟਰ ਦਾ ਜੋ ਫਸਟ ਏਡ ਬਾਕਸ ਹੁੰਦਾ ਹੈ ਉਹ ਬਣਵਾਵਾਂਗੇ। ਤਾਂ ਇਸ ਗਤੀਵਿਧੀ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਜੋ ਛੋਟੀਆਂ ਮਾਸਪੇਸ਼ੀਆਂ ਹੱਥਾਂ ਦੀਆਂ ਉਹਨਾਂ ਦਾ ਵਿਕਾਸ ਕਰਨਾ ਅਤੇ ਬੱਚਿਆਂ ਨੂੰ ਡਾਕਟਰ ਦੇ ਜੋ ਫਸਟ ਏਡ ਕਿੱਟ ਹੁੰਦੀ ਹੈ, ਫਸਟ ਏਡ ਬਾਕਸ ਹੁੰਦਾ, ਉਸ ਬਾਰੇ ਜਾਣਕਾਰੀ ਦੇਣਾ ਅਤੇ ਬੱਚਿਆਂ ਵਿੱਚ ਕ੍ਰੀਏਟਿਵਿਟੀ ਦਾ ਵਿਕਾਸ ਕਰਨਾ ਹੈ। ਤਾਂ ਇਸ ਲਈ ਮੈਂ ਇਹ ਦੋ ਰੰਗ ਦੀ ਕਲੇ ਲਈ ਹੈ। ਇਹ ਕਲੇ ਮੈਂ ਘਰ ਵਿੱਚ ਹੀ ਅੱਟ ਤੋਂ ਤਿਆਰ ਕੀਤੀ ਹੈ। ਇਸ ਨੂੰ ਕਿਵੇਂ ਬਣਾਉਣਾ ਹੈ ਘਰ ਵਿੱਚ ਹੀ, ਉਸ ਦਾ ਲਿੰਕ ਮੈਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਤਾਂ ਬਾਕਸ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹ ਪੀਲੇ ਰੰਗ ਦੀ ਕਲੇ ਲਵਾਂਗੇ ਅਤੇ ਇਹਨੂੰ ਬੱਚਿਆਂ ਨੂੰ ਇਸ ਤਰ੍ਹਾਂ ਅਸੀਂ ਦੇਵਾਂਗੇ। ਇਸ ਦਾ ਇੱਕ ਬੱਚੇ ਇਸ ਦਾ ਇਸ ਤਰ੍ਹਾਂ ਗੋਲਾ ਬਣਾਉਣਗੇ। ਗੋਲਾ ਬਣਾਉਣ ਤੋਂ ਬਾਅਦ ਬੱਚੇ ਇਸ ਨੂੰ ਚੌਰਸ ਆਕਾਰ ਇਸ ਤਰ੍ਹਾਂ ਦੇਣਗੇ, ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਦੇ ਰਿਹਾ ਹਾਂ। ਹੁਣ ਅਸੀਂ ਲਾਲ ਰੰਗ ਦੀ ਕਲੇ ਲਵਾਂਗੇ ਅਤੇ ਇਸ ਨਾਲ ਉੱਪਰ ਇਸ 'ਤੇ ਡਾਕਟਰ ਦਾ ਜੋ ਨਿਸ਼ਾਨ ਹੁੰਦਾ ਹੈ ਪਲੱਸ ਦਾ ਉਹ ਬਣਾਵਾਂਗੇ। ਥੋੜ੍ਹੀ ਜਿਹੀ ਕਲੇ ਲਵਾਂਗੇ ਅਤੇ ਬੱਚੇ ਨੂੰ ਕਹਾਂਗੇ ਇਸ ਦੀ ਇੱਕ ਬੱਤੀ ਇਸ ਤਰ੍ਹਾਂ ਪੱਟੋ ਅਤੇ ਇਸ ਦੇ ਬਿਲਕੁਲ ਇਸ ਤਰ੍ਹਾਂ ਸੈਂਟਰ ਵਿੱਚ ਲਗਾਵਾਂਗੇ। ਹੁਣ ਅਸੀਂ ਉਸ ਤੋਂ ਬਾਅਦ ਫਿਰ ਇੱਕ ਛੋਟੀ ਗੋਲੀ ਲਾਲ ਰੰਗ ਦੀ ਕਲੇ ਦੀ ਲਵਾਂਗੇ ਅਤੇ ਬੱਚੇ ਨੂੰ ਕਹਾਂਗੇ ਇਸ ਦੀ ਇੱਕ ਛੋਟੀ ਬੱਤੀ ਇਸੇ ਤਰ੍ਹਾਂ ਬਣਾਓ ਅਤੇ ਇਸ ਨੂੰ ਇਸ ਤਰ੍ਹਾਂ ਲਗਾਵਾਂਗੇ। ਹੋਰ ਗੋਲੀ ਬੱਚੇ ਨੂੰ ਕਹਾਂਗੇ ਹੋਰ ਗੋਲੀ ਬਣਾਓ, ਇੱਕ ਬੱਤੀ ਛੋਟੀ ਹੋਰ ਬਣਾਓ। ਤਾਂ ਇਸ ਤਰ੍ਹਾਂ ਇਹ ਸਾਡੀ ਤਿੰਨ ਬੱਤੀਆਂ ਨਾਲ ਇਹ ਜੋ ਪਲੱਸ ਦਾ ਨਿਸ਼ਾਨ ਹੁੰਦਾ ਹੈ, ਡਾਕਟਰ ਦੀ ਪਛਾਣ ਹੁੰਦੀ ਹੈ, ਉਹ ਬਣ ਜਾਂਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਇਹ ਪਤਾ ਲੱਗੂਗਾ ਕਿ ਇਹ ਜੋ ਲਾਲ ਰੰਗ ਦਾ ਪਲੱਸ ਦਾ ਨਿਸ਼ਾਨ ਹੁੰਦਾ ਹੈ ਇਹ ਡਾਕਟਰ ਦਾ ਪਹਿਚਾਣ ਚਿੰਨ ਹੁੰਦਾ ਹੈ। ਇਹ ਗਤੀਵਿਧੀ ਤੁਸੀਂ ਆਪਣੇ ਬੱਚਿਆਂ ਨਾਲ ਘਰ ਵਿੱਚ ਜ਼ਰੂਰ ਕਰੋ ਤਾਂ ਕਿ ਉਹਨਾਂ ਨੂੰ ਡਾਕਟਰ ਦੇ ਜੋ ਫਸਟ ਏਡ ਬਾਕਸ ਹੁੰਦਾ ਹੈ ਉਸ ਬਾਰੇ ਪਤਾ ਚੱਲ ਸਕੇ, ਇਸ ਨਿਸ਼ਾਨ ਬਾਰੇ ਵੀ ਪਤਾ ਚੱਲ ਸਕੇ ਅਤੇ ਬੱਚੇ ਦੀ ਕ੍ਰੀਏਟਿਵਿਟੀ ਦਾ ਵਿਕਾਸ ਹੋ ਸਕੇ ਅਤੇ ਉਹਨਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਨੂੰ ਉਂਗਲਾਂ ਦੀਆਂ ਉਹਨਾਂ ਦਾ ਵਿਕਾਸ ਵੀ ਹੋ ਸਕੇ। ਧੰਨਵਾਦ।